ਬਠਿੰਡਾ ਦੇ ਪਿੰਡ ਜੈ ਸਿੰਘ ਵਾਲਾ ਵਿਖੇ ਵਿਅਕਤੀ ਵੱਲੋਂ ਖੌਫਨਾਕ ਵਾਰਦਾਤ ਨੂੰ ਅੰਜਾਮ ਦਿੰਦੇ ਹੋਏ ਪਤਨੀ ਦਾ ਕਤਲ ਕਰ ਦਿੱਤਾ ਗਿਆ। ਜਾਣਕਾਰੀ ਮੁਤਾਬਕ ਪਿੰਡ ਦੇ ਬਲਾਕ ਸੰਮਤੀ ਮੈਂਬਰ ਦੇ ਸਹੁਰੇ ਵੱਲੋਂ ਬੀਤੀ ਰਾਤ ਸ਼ਰਾਬੀ ਹਾਲ 'ਚ ਪਹਿਲਾਂ ਆਪਣੀ ਪਤਨੀ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਅਤੇ ਇਸ ਤੋਂ ਬਾਅਦ ਉਸਨੇ ਖੁਦ ਨੂੰ ਵੀ ਗੋਲੀ ਮਾਰ ਲਈ, ਜਿਸ ਕਾਰਨ ਉਹ ਗੰਭੀਰ ਜ਼ਖਮੀ ਹੋ ਗਿਆ। ਫਿਲਹਾਲ ਮੌਕੇ 'ਤੇ ਪੁੱਜੀ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਰਾਤ ਕਰੀਬ 10 ਵਜੇ ਭੁਪਿੰਦਰ ਸਿੰਘ ਸਾਨੂੰ ਬਲਜੀਤ ਸਿੰਘ ਜਿਹੜੇ ਆਪਣੇ ਪਰਿਵਾਰ ਸਮੇਤ ਸੀ, ਬਾਕੀ ਸਾਰੇ ਪੈ ਗਏ ਸੀ। ਇਹ ਸ਼ਰਾਬ ਵਗੈਰਾ ਜ਼ਿਆਦਾ ਪੀਂਦੇ ਸੀ, ਉਂਝ ਕੈਂਸਰ ਦਾ ਮਰੀਜ਼ ਵੀ ਹੈ। ਉਹਨੂੰ ਸ਼ਰਾਬ ਪੀਣ ਤੋਂ ਘਰਦੇ ਸੀ ਜਿਹੜੇ ਰੋਕਦੇ ਸੀ, ਇਸੇ ਉਸਦੇ ਵਿੱਚ ਆ ਕੇ ਕੋਈ ਸ਼ਰਾਬ ਪੀਤੀ ਹੋਈ ਸੀ ਉਹਦੀ, ਉਹਨੇ ਫਾਇਰ ਮਾਰ ਕੇ ਆਪਦੀ ਘਰਵਾਲੀ ਰਾਜਵਿੰਦਰ ਦਾ ਕਤਲ ਕਰਤਾ ਅਤੇ ਬਾਅਦ ਵਿੱਚ ਆਪਦੇ ਵੀ ਫਾਇਰ ਮਾਰ ਲਿਆ। ਜੋ ਉਹਦੇ ਮੋਢੇ 'ਤੇ ਵੱਜਿਆ ਦਾਖਲ ਆ, ਉਹਦਾ ਇਲਾਜ ਆ, ਮੁਕੱਦਮਾ ਦਰਜ ਕਰਤਾ ਘਰਵਾਲੀ ਦੇ ਡਰ 'ਤੇ। ਕਾਰਨ ਇਹੀ ਹੈ ਸਰ? ਹਾਂ ਇਹੀ ਹੈਗਾ, ਜ਼ਿਆਦਾਤਰ ਜੀ ਹਜੇ ਤੱਕ ਜਿਹੜੀ ਸਾਡੇ ਕੋਲ ਉਹਦੇ ਫਾਦਰ ਨੇ ਬਿਆਨ ਲਿਖਾਇਆ ਇਹੀ ਹੈ ਵੀ ਹੋਰ ਕੋਈ ਰੰਜਿਸ਼ ਨਹੀਂ ਸੀ, ਘਰ ਦਾ ਸਖਾਵਾਂ ਮਾਹੌਲ ਹੈ, ਦੋ ਮੁੰਡੇ ਨੇ ਜੋ ਵਧੀਆ ਕੰਮ ਕਰ ਰਹੇ। ਹਜੇ ਕੋਈ ਹੋਰ ਗੱਲਬਾਤ, ਬਾਕੀ ਅਸੀਂ ਤਫਤੀਸ਼ ਕਰਾਂਗੇ, ਤਫਤੀਸ਼ ਦੇ ਵਿੱਚ ਜੇ ਕੋਈ ਹੋਰ ਗੱਲਬਾਤ ਸਾਹਮਣੇ ਆਊਗੀ ਤਾਂ ਉਸ ਮੁਤਾਬਕ। ਕੋਈ ਕੇਸ ਰਜਿਸਟਰਡ ਹੋ ਗਿਆ ਜੀ? ਕੇਸ ਰਜਿਸਟਰ ਕੀਤਾ।